ਲੋ ਬਈ ਮੋਟਰ ਪਰ ਬੈਠੇ ਤੇ ਬਾਕੀ ਤਾਂ ਮਸੜੇ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵਿੱਕੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕਿਹੜੀਆਂ ਆਗ ਲੱਗੇ ਹੋਏ ਆ ਭਾਈ ਐਡੀ ਹੈ ਨਾ ਮੈਨੂੰ ਮਿੱਟੀ ਨਾਲ ਅਲਰਜੀ ਹੈ ਥੋੜੀ ਜੀ ਮਾਂ ਚਲਾ ਸਫਾਈ ਜੀ ਕਰ ਦਿੰਦਾ ਇਹਨਾਂ ਦੀ ਇਹ ਵੀ ਖਰਚਾਈ ਹੁੰਦੀ ਆ ਕੰਮ ਬਸ ਹੁਣ ਕਹਿ ਤੈਨੂੰ ਅਸੀਂ ਦਾਦੇ ਕੰਮ ਤਾਂ ਅਸੀਂ ਕਰਿਆ ਉਹ ਚ ਬੱਚੇ ਕੋਲ ਸਾਫ਼ ਕਰਨਾ ਖੱਬਲ ਹਾਂ ਵੱਢਣ ਅੱਡੀਆਂ ਲੱਗਿਆ ਵਾ ਵੱਢਣ ਨਾ ਖੱਬਲ ਹੈ ਦਾਤੀ ਦਾ ਉਹ ਦੇਖ ਤਾਂ ਸਹੀ ਕਿੱਕਣਾ ਚਲਾਈ ਵੀ ਆ ਤੁਹਾਨੂੰ ਸਰਜਰੀ ਵਾਲਾ ਬਲੇਡ ਨਾ ਲਿਆ ਦੀਏ ਬਾਕੀ ਇੱਧਰ ਵੀ ਬੰਦਾ ਥੱਕ ਗਿਆ ਥੱਕ ਗਿਆ ਥਿਆਏ ਬਹੁਤ ਲੱਗਦੀ ਆ ਬਹੁਤ ਮੂੰਹ ਮੂੰਹੇ ਸੁੱਕੀ ਜਾਂਦਾ ਉਹ ਜੋ ਬੱਚੇ ਨੂੰ ਨਾ ਅਸੀਂ ਮੂਰੇ ਚੌਂਤਰਾ ਜਾ ਅੱਗੇ ਬਣਾਇਆ ਵਾ ਤਾਂ ਉਹ ਢਹਿ ਗਿਆ ਉੱਥੇ ਵੜ ਗਿਆ ਸੱਪ ਉਹ ਕੱਢਿਆ ਤੁਸੀਂ ਉਹ ਕਰਕੇ ਪੱਠ ਹੋ ਗਿਆ ਚਗਾੜ ਜਾ ਮਹਾਂ ਚੱਲ ਬਜਰੀ ਬੁਜਰੀ ਪਾ ਦੀ ਉਹ ਪੈਪ ਹੋ ਗਏ ਨੰਗੇ ਪਲਾਸਟਿਕ ਦੇ ਅੱਛਾ ਵੀ ਕੋਈ ਨਿਆਣਾ ਇੱਥੇ ਨਹਾਉਂਦੇ ਨਹਾਉਂਦੇ ਕਈ ਵਾਰ ਰੋੜੇ ਰੋੜੇ ਵੱਜ ਜਾਂਦੇ ਗਿਰ ਜਾਂਦਾ ਉੱਪਰ ਦੇ ਉੱਡ ਜਾਂਦਾ ਹੋਰ ਪੰਗਾ ਛੇੜੂਗਾ ਮਹਾਂ ਹੁਣ ਬਜਰੀ ਲਿਆਂਦੀ ਉਹ ਲੱਦ ਕੇ ਉਹਦੇ 'ਚ ਸਕੰਜੇ 'ਚ ਸਕੰਜੇ ਲੈ ਕੇ ਰੇਤਾ ਵੀ ਲਿਆਂਦਾ ਸਮਿੰਟ ਵੀ ਲਿਆਂਦਾ ਵੀ ਉਹ ਸਾਫ਼ ਲੱਗੇ ਤੇ ਘਰ ਪਾਣੀ ਥਿਆ ਲੱਗੀ ਵਿੱਕੀ ਨੂੰ ਮਾਂ ਪਾਣੀ ਡੋਲੀ ਲਿਆ ਤਾਂ ਪਾਣੀ ਲੈ ਕੇ ਆਇਆ ਬੈਠ ਗਿਆ ਫਿਰ ਕੰਮ ਔਖਾ ਹੀ ਭਗਦਾ ਆ ਤਾਂ ਲੱਗ ਗਿਆ ਮੈਂ ਤਾਂ ਦੇਖ ਆਪਣੀ ਵਢਾਈ ਸ਼ੁਰੂ ਕਰੀ ਵੀ ਹੈ ਹਾਂ ਬਾਕੀ ਬਈ ਟਰੈਕਟਰ ਬੋਰੋਲਾ ਸਾਰਾ ਵਗੈਰਾ ਜੀ ਕਰੀਮਾਂ ਮਾ ਸਾਰੀਆਂ ਲਾ ਕੇ ਦੇ ਇਹ ਅਸਲ ਵਿੱਚ ਨਾ ਗਰੀਸ ਲਾਇ ਕਰ ਇਹ ਜੱਟ ਸੌਦਾ ਹੋਣਾ ਆਦਿਕ ਇਹ ਗੁੱਡੀਆਂ ਬਣਾਉਂਦਾ ਟਾਇਰ ਦੀਆਂ ਗੁੱਡੀਆਂ ਬਣਾਉਂਦੇ ਨੇ ਤਸਲਾ ਚਲਾਉਣਾ ਮਿੰਟ ਦਾ ਭਰਿਆ ਫਿਰ ਉਸੇ ਨੂੰ ਹਾਂ ਆ ਗਿਆ ਬਈ ਹੱਚ ਵੀਰ ਜੀ ਹਾਂ ਕਿਵੇਂ ਆ ਠੀਕ ਹੈ ਬਣਾਈਏ ਇਹ ਕਿਹੜੇ ਸਾਲਾ ਠੀਕ ਹੈ ਇਹ ਨਾਲੇ ਦੁਪਹਿਰੇ ਦਾ ਐਸੀ ਚ ਪਿਆ ਇਹ ਨਹੀਂ ਆਲੂ ਐਸੀ ਚ ਪਿਆ ਮੈਂ ਤੂੰ 1:30 ਵਜੇ ਆ ਗਿਆ ਦਾ ਤੇ ਬਾਅਦ ਮੈਂ ਆਪਣਾ ਗੰਨੇਵਾਲ ਨੂੰ ਲੰਘਿਆ ਮੋਟਰ ਬੰਨੂ ਫੇ ਹੁਣ ਚਾਹ ਦੇ ਕੇ ਆਇਆ ਲੱਗੇ ਮੱਕੀ ਲੱਗਦਾ ਪਤਾ ਲੱਗਦਾ ਵੀ ਬਾਪੂ ਦੀ ਓਏ ਬਾਈ ਦਾ ਫੋਨ ਆਇਆ ਤਾਂ ਤੈਨੂੰ ਮੱਕੀ ਵਾਲੇ ਦਾ ਆ ਲਿਆ ਮੱਕੀ ਕਿੱਥੇ ਦੇ ਦਈਏ ਹੁਣ ਯਾਰ ਹੈ ਨਹੀਂ ਸਭ ਤਾਂ ਬਿਗੀਆਂ ਪਈਆਂ ਮੇਰੇ ਵਾਲੇ ਵਿੱਚ ਤਾਂ ਇੱਕ ਗੱਡੀ ਭਰਾ ਦੋ ਗੱਡੀ ਵਾਲਾ ਨਹੀਂ ਉਹਨੂੰ ਜ਼ਿਆਦਾ ਚਾਹੀਦੀ ਹੈ ਚਾਰ ਚ ਖੈੜ ਚਾਹੀਦੀ ਆ ਨਹੀਂ ਕਿੰਨੇ ਮੱਕੀ ਚਾਹੀਦੀ ਉਹਨੂੰ ਹਾਂ ਅੱਛਾ ਫਿਰ ਵੀ ਬਾਲਾ ਵੀ ਠੀਕ ਆ ਯਾਰ ਬੈਠ ਕੇ ਮੋਗਰੀ ਪਈ ਭਾਈ ਉਹ ਗਾਜ ਗਾਜ ਚੱਲ ਮੇਰੀ ਵੀ ਆਪਾਂ ਸਵਾਰ ਦਿੰਦੇ ਕਹਿ ਰਹੀ ਮੇਰੀ ਵੀ ਸਵਾਰ ਤੁਸੀਂ ਤਾਂ ਉਈ ਬੀਜੀ ਜਾਂਦੇ ਆ ਪਨੀਰੀ ਦੇਖੀ ਆਈ ਆ ਫਿਰ ਓਲੇ ਜੀ ਚ ਪਿੰਨਲਾ ਆ ਕੇ ਮੈਨੂੰ ਫੋਨ ਕਰਦੇ ਆ ਸਵਾਰ ਕੇ ਆਪਾਂ ਵੀ ਸਵਾਰ ਆਈਏ ਉੱਥੇ ਮੈਂ ਸਮਰਾਧਨ ਨਾਲ ਤੇਰੇ ਫਿਰ ਸਵਾਰੋ ਚਲੋ ਚਲੋ ਫਿਰ ਲੱਗੋ ਫਿਰ ਚੱਲ ਫਿਰ ਮੇਰੇ ਲੇਜ਼ਰ ਮਾਰ ਕੇ ਆ ਚੱਲ ਉਹਦੇ ਬਾਅਦ ਬਸ ਫਿਰ ਆਪੇ ਮਾਰੀ ਆਉਣਾ ਫਿਰ ਮੈਂ ਕਹਿੰਦਾ ਬਹਿਣਾ ਟਰੈਕਟਰ ਪਰ ਅੱਜ ਤਾਂ ਪੈਸੇ ਦੇਣੇ ਗੱਜ ਪੜਾਉਣਾ ਫਿਰ ਦੂਏ ਪਾਸੇ ਨੂੰ ਉਹ ਜਾਣ ਮੈਂ ਖੇਤ ਬਾਹ ਆਉਣੇ ਹੁਣ ਉੱਪਰ ਟਾਮ ਜੜਾਂ ਹੀ ਚੁੱਕ ਲਿਆਂਦੀਆਂ ਸਾਰੀਆਂ ਪੈਪ ਲੈਣ ਜਾਂਦੀ ਸਾਡੇ ਸਾਡੇ ਤਾਂ ਬਾਬਿਆਂ ਨੇ ਨਜ਼ਾਰਾ ਬੰਨਿਆ ਪੈਦਾ ਪੈਪ ਲੈਣ ਵਾਲੀ ਨੀ ਕਦੇ ਛੱਡੀ ਕਿੱਥੇ ਉਹਨੇ ਵੀ ਕਰਾਉਣਾ ਕਰਦੇ ਭਾਈ ਹੁਣ ਤਾਂ ਪਾਣੀ ਵਾਲੇ ਹੋ ਗਏ ਉਹ ਵੀ ਜੀਰੀ ਲਾਉਂਗੇ ਕੱਲ ਨੂੰ ਭਾਈ ਪੱਕਾ ਨੀ ਕਹਿ ਸਕਦਾ ਜੇ ਸੈਲਰ ਚ ਨਾ ਕੰਮ ਹੋਇਆ ਫਿਰ ਹੁਣ ਵੀ ਚੱਲਦਾ ਉੱਥੇ ਉਹ
ਕਿੱਥੇ ਲਾਉਣਾ ਕਿਹੜਾ? ਜਗਦੀਪ ਦੇ ਗੇਟ ਦੀ ਯਾਰ ਕੱਲ ਨੂੰ ਮੱਕੀ ਲੈ ਕੇ ਜਾਣੀ ਮੈਂ ਲੇਜਰ ਤੈਨੂੰ ਚਲਾਉਣਾ ਨਾ 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 ਵੀਰੇ ਕੌਣ ਵੀਰੇ ਮੈਂ ਤੇ ਹੀ ਕੈਰੀ ਸੈੱਟ ਕਰਾ ਦੇਣੀ ਹੁਣ ਨਾ 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 ਕੌਣ ਮੈਂ ਪਛਾਣਿਆ ਨਹੀਂ ਮੱਕੀ ਤਾਰੇ ਆਈ ਨਾ ਮੇਰਾ ਕੰਮ ਤੂੰ ਕਰ ਦੂੰਗਾ ਤੂੰ ਤਾਂ ਹੁਣ ਜਵਾਬ ਦੇ ਗਿਆ ਇੱਕ ਗੇੜਾ ਰਹਿ ਗਿਆ ਉਹਦਾ ਨਹੀਂ ਤੁਸੀਂ ਕੈਰੀ ਰੇਟ ਕਰੀ ਹੁਣ ਮੈਂ ਤਾਂ 260 ਨੂੰ ਕਰੀ ਹੋਈ ਹੈ ਜਿਹੜੀ ਸਰਵੀ ਪਹਿਲਾਂ ਹੁੰਦੀ ਹੈ ਮਹਿੰਗੀ ਹੁੰਦੀ ਮੱਕੀ ਹਾਂ ਪਹਿਲਾਂ ਵੀ ਉਹ ਉਹਨਾਂ ਨੇ 300 350 ਨੂੰ ਕਾਲੇ ਦੀ 350 ਨੂੰ ਹਾਂ ਸਾਰੇ ਨੇ 350 ਨੂੰ ਆ ਕੁੱਕੜੀਆਂ ਲੱਗੀਆਂ ਮਹਲੇ ਉਹਨਾਂ ਨੂੰ ਕੱਚੀਆਂ ਕੁੱਕੜੀਆਂ ਦੇ ਲੈਂਦੇ ਦਾਣਾ ਬਹੁਤ ਬਣ ਗਏ ਪੱਕਾ ਠੀਕ ਹੈ ਇਹ ਘੱਟ ਵੇਚਤੀ ਇਹਨੇ ਸਸਤੀ ਵੇਚਤੀ ਪਤਾ ਨਹੀਂ ਸੌਦਾ ਉਹ ਯਾਰ ਪਤਾ ਲੱਗਾ 350 ਨੂੰ ਕਰੀ ਵੀ ਕਹਿੰਦਾ ਮੈਂ ਇਹਨੂੰ ਉਦਣ ਚਾਚੇ ਨੂੰ ਵੀ ਪੁੱਛਿਆ ਤਾ ਉਹ ਮੇਰੇ ਆੜੀ ਨੂੰ ਪਹਿਲਾਂ ਹੀ ਆ ਕੇ ਸਾਈ ਫੜਾ ਗਿਆ ਉਹ ਮੈਨੂੰ ਪੁੱਛਦਾ ਤਾ ਕਹਿੰਦਾ ਕਿੱਲਾ ਖੰਡੇ ਹੋਵੇ ਕਹਿੰਦਾ ਦੱਸ ਦੇ ਮੈਨੂੰ ਕਹਿੰਦਾ ਚੋ ਅਸੀਂ ਉਹ ਸਿੱਟੇ ਆਉਂਗੇ ਚੋ ਸਾਨੂੰ ਕਿਰਾਇਆ ਦੇ ਦੇਵੇ ਸਾਢੇ 320 ਨੂੰ ਦਿੱਤੀ ਆ ਉਹਨੇ ਉਹ ਸਾਰੀ ਲੱਦ ਲੈ ਜਾਣੀ ਆ ਕਿੰਨੇ ਦੋ ਗੇੜੇ ਹੋ ਜੂ ਕਿੱਲਾ ਲੱਦ ਲੈ ਜੂਗਾ ਚਲੋ ਨਹੀਂ ਯਾਰ ਦੇਖ ਲੈ ਜਦ ਤੋਂ ਜਦ ਜਾਂਦੀ ਆ ਤੂੰ ਜਦ ਤੋਂ ਪੁੱਛ ਲੈ ਹੁਣ ਫਿਰ ਐ ਤਾਂ ਦੋ ਪਾਸੇ ਘੁਮਾਣ ਪੈਣਾ ਇਹਦਾ ਰਹਿਣ ਦੇ ਹਾਂ ਬਾਕੀ ਵੇ ਕੁੱਕੜੀਆਂ ਵਾਲੀ ਯਾਰ ਕਿੱਥੇ ਦਿੱਤੀ ਆ ਜਾਣੇ ਵਾਲਾ ਭਾਈ ਵਾਲਾ ਕਿਆ ਫਾਰਮ ਵਾਲੇ ਨੂੰ ਇਹ ਚੱਲ ਭਾਈ ਤੇਰੀ ਮਰਜ਼ੀ ਫਿਰ ਤਾਂ ਜੇ ਬਾਕੀ ਕੁੱਕੜੀਆਂ ਲੈ ਜਾਣੀ ਆ ਵੀ ਖੜੀ ਆ ਇਹ ਤਾਂ ਲਾਸਟ ਮੈਂ ਵਿਕਣੀ ਆ ਹੈ ਇਹ ਤਾਂ ਵਿਕੀ ਵੀ ਆ ਹੈ ਨਾ ਨਾ ਗਾਹਕ ਬਹੁਤ ਤੇ ਆ ਰਹੇ ਨੇ ਰੋਜ਼ ਟੈਂਪੂ ਡਰਾਈਵਰ ਭਰ ਕੇ ਜਾਂਦੇ ਆ ਉਹ ਹੋਰ ਦੀ ਆ ਤਿੰਨ ਚਾਰ ਗੱਡੀਆਂ ਆਉਣੀਆਂ ਆ 24 ਰੁਪਏ ਜਗ੍ਹਾ ਕਿਨੇ ਦੁੱਲੇ ਨੇ ਹਾਂ ਦੁੱਲੇ ਦਾ ਚਾਰ ਪਾਉਣਾ ਜੱਗੇ ਵੀਰ ਇਹਨਾਂ ਨੇ ਵੀ ਉਧਰ ਸਾਰੇ ਚ ਮੱਕੀ ਕਰੀ ਵੀ ਸਰੋਂ ਵੱਢ ਕੇ ਜੱਗੇ ਦਾ ਬਹੁਤ ਚੱਲੀ ਵਾਲੀ ਹੈਗੀ ਦੂਏ ਜੱਗੇ ਨੂੰ ਸਾਡੇ ਆ ਅੱਛਾ ਹਾਂ ਹਾਂ ਉਹਦੇ ਕੋਲ ਤਾਂ ਹੈਗੀ ਆ ਉਹ ਜਿਹੜੀ ਧੰਦੇ ਸਾਂਝੇ ਦੀ ਹਾਂ ਉਹ ਵੀ ਹਾਂ ਹੈਗੀ ਹੈ ਜੀ ਠੀਕ ਹੈ ਉਹ ਦੂਏ ਦੀ ਗੱਲ ਕਰਦਾ ਜੋ ਉਸੇ ਬਾਬੇ ਇਹਨਾਂ ਦੇ ਜਾ ਉਹ ਵੀ ਇੱਕ ਨਹੀਂ ਦੇਖ ਲੈ ਮੈਂ ਸੜ ਜਾ ਆਇਆ ਮੈਂ ਪਾਣੀ ਤਾਂ ਕੱਢਦਾ ਹਾਂ ਆ ਜਦ ਦਿਖਦਾ ਤਾਂ ਪਾਣੀ ਗਿਆਰੀ ਚ ਦੇ ਅਹੀ ਜੀ ਧੁੱਪਾਂ 2 ਘੰਟੇ ਹੋਏ ਆ ਧੁੱਪਾਂ ਛੱਡ ਦੇ ਕਿਤੇ ਪਾਣੀ ਇਹ ਲੈਟ ਆਈਓ ਨਹੀਂ ਲੈਟ ਦਾ ਹੁਣ ਨਾਮੋ ਨਿਸ਼ਾਨ ਲਾਈਟ ਤਾਂ ਭਾਈ ਹੁਣ ਕੱਲ ਨੂੰ ਪਤਾ ਲੱਗੂਗਾ ਜੇ ਜਿੱਤ ਜਾਣਾ ਕਿਹੜਾ ਜਿੱਤਦਾ ਫੇਰ ਉਹ ਛੱਡੂਗਾ ਅੱਛਾ ਕੱਲ ਨੂੰ ਰਿਜ਼ਲਟ ਕਹਿੰਦੇ ਆ ਲਈ ਨਾਲੇ 15 ਮਿੰਟ ਸਾਨੂੰ ਆਈ ਉਹ ਲੱਗੇ ਪਿਆ ਅੱਜ ਪੂਰੀ ਪਿਆ ਮੈਂ 15 ਮਿੰਟ ਆਈ ਨਹੀਂ ਯਾਰ ਭਈਏ ਕਹਿੰਦੇ ਬੱਲਾਂ ਬਲਦਾ ਦਾ ਸਰਦਾਰ ਜੀ ਉਹ ਕਾਹਨੂੰ ਪਰਮਟ ਵਾਲਾ ਰੌਤਾ ਕਹਿੰਦੇ ਸਾਨੂੰ ਚਾਬੀ ਨਹੀਂ ਲੱਭੀ ਪਾਣੀ ਉਹ ਕਾਹਨੂੰ ਬਲਦਾ ਦਾ ਬੱਲਾ ਰੌਤਾ ਤਾਂ ਗਈ ਨਹੀਂ ਕਿਹਦਾ ਇੱਥੇ ਨਹੀਂ ਆਈ ਮੈਂ ਇੱਥੇ ਬੱਲੋ ਤੇਰੇ ਦੇਖਦਾ ਜਦ ਹੀ ਪਿਆ ਤੁਹਾਨੂੰ ਭਲੇਖਾ ਲੱਗ ਗਿਆ ਓਏ ਹਾਂ ਭਈਏ ਨੇ ਕਿਹਾ ਮਨ ਤਾਂ ਅਜਿਹਾ ਚਵੱਚੇ ਦੇ ਪਾਣੀ ਗੱਲ ਆਉ ਜਾਂ ਜਾਇਆ ਹੁਣ ਤੇਰਾ ਗਰਮਾਲਾ ਨਹੀਂ ਲੱਭਣਾ ਹੁਣ ਤੂੰ ਇੱਥੇ ਗੱਲਾਂ ਮਾਰ ਮਾਰ ਕੇ ਸਾਰੀ ਜਾਂਦਾ ਤਾਂ ਸ਼ਾਮ ਨੂੰ ਬੀਜਣੀ ਹੁਣ ਯਾਰ ਕੀ ਕਰਾਂ ਮਾੜੀ ਮਾੜੀ ਤੁਰੀ ਹੋਈ ਹੈ ਉਹ ਰਹਿਣ ਦੇ ਮੇਰੀ ਵੀ ਮਾੜੀ ਮਾੜੀ ਸੀ ਆਹਾ ਇੱਧਰ ਮਾੜ ਮਾੜੀ ਕਹਿੰਦਾ ਸਰਬ ਜੀ ਕਈ ਦਾਣਾ ਤੁਰੇ ਥੋੜਾ ਜਿਹਾ ਕਈ ਤੁਰੇ ਨਹੀਂ ਹੈਗੇ ਕਈ ਇਹ ਤੁਰੇ ਉਹਨੂੰ ਹਰੀ ਤੂਈ ਨਿਕਲਣ ਸਵੇਰ ਤੱਕ ਐਡੀ ਜੜ ਨਿਕਲੀ ਵੀ ਹੈ ਹਰੀ ਤੂਈ ਨਿਕਲਣ ਤਿਆਰ ਹੋ ਗਈ ਹੈ ਇਹਨਾਂ ਨੇ ਹਲਾਈ ਨਹੀਂ ਹੋਣੀ ਹਲਾਈ ਕਹੇ ਤਾਂ ਬਹੁਤ ਇਹਨਾਂ ਦਾ ਦੇਖ ਥੱਲੇ ਦਰੀ ਵਿਛਾਈ ਵੀ ਹੈ ਹਾਂ ਦਰੀ ਪਰ ਪਨੀਰੀ ਪਾਈ ਵੀ ਆ ਖੋਲ ਕੇ ਉਹਦੇ ਉਹ ਫੇਰ ਦਰੀ ਦਿੱਤੀ ਵੀ ਆ ਉਹਦੇ ਪਰ ਗੱਦਾ ਦਿੱਤਾ ਵਿਆ ਕੰਬਲ ਦਿੱਤਾ ਵਿਆ ਪੂਰਾ ਤਾਂ ਬਿਸਤਰਾ ਦਾ ਹੀ ਬੈਠਾ ਉਹਨੂੰ ਸਬਜ਼ੀ ਤੇ ਭਾਈ ਮੈਂ ਤਾਂ ਸਾਲੀ ਟੋਕਰੇ ਜਿਵੇਂ ਕਰੀ ਵੀ ਆਇਆ 4 ਦਿਨ ਹੋ ਗਏ ਜੰਮੀ 4 ਦਿਨ ਹੋ ਗਏ ਇਹ ਭਾਈ ਬੀਜਾਂ ਦਾ ਹੀ ਫਰਕ ਆ ਬੀਜਾਂ ਦਾ ਫਰਕ ਹੁਣ ਮੇਰੀ ਗੱਲ ਸੁਣ ਨਹੀਂ ਨਹੀਂ ਹੁਣ ਮੈਂ ਪੂਰਾ ਨਹੀਂ ਜੰਮਦਾ ਹਾਈਬ੍ਰਿਡ ਬੀਜ ਮੈਂ ਦੇਖਿਆ ਰਹਿ ਜਾਂਦਾ 478 ਲੈ ਆਇਆ ਮੈਂ ਯਾਰ ਇਹਦਾ ਓਏ 478 ਲੈ ਆਇਆ 471 ਮੈਂ ਹਾਂ ਹਾਂ ਟੋਣੀ ਆ ਨਾ ਹਾਂ 468 471 ਇੱਕ ਇਹਦੇ ਉੱਪਰਲੀ ਵੈਰਾਈਟੀ ਆਈ ਆ ਉਹ 31 ਆ ਉਹ ਤਾਂ ਅੱਛਾ ਉਹ 31 ਲਿਆਇਆ ਉਹ ਚ ਜੰਮੀ ਜੰਮ ਘੱਟ ਤਾ ਇਕਣੀ ਦੀ ਅੱਧ ਨਾ ਗਬਲੀ ਸਾਰੀ ਬਚੀ ਵੀ ਸੀ ਥੱਲੇ ਵਾਲੀ ਜੰਮਿਆ ਹੀ ਉੱਪਰ ਦੀਆਂ ਤੂਈਆਂ ਛੱਡਿਆ ਮੈਂ ਉਹ ਸਭ ਨਾਲ ਲੈ ਗਿਆ ਚੱਕ ਕੇ ਛਿੱਟਾ ਦਿੱਤਾ
ਉਹ ਗਾਹ ਹੁਣ ਦੇਖ ਲਾ ਤੇਰੇ ਸਾਹਮਣੇ ਜੰਮ। ਉਹਦੇ ਬਾਅਦ ਜਿਹੜੀ ਹੁਣ ਲਿਆਂਦੀ ਆ ਉਹ ਗਰੰਟੀ ਦਿੱਤੀ ਆ ਬਾਈ ਨੇ, ਕੱਲਾ ਕੱਲਾ ਦਾਣਾ ਤੂੰ ਹੀ ਬਰਾਬਰ ਛੱਡੀ ਆਉਂਦਾ। ਬੀਜਾਂ ਦਾ ਫਰਕ ਆ, ਮਿਲਾਵਟ ਆਈ ਜਾਂਦੀ ਆ ਬਾਈ, ਦਬੜੂ ਘੁਸੜੂ ਕੰਮ ਚੱਲਣ ਲੱਗ ਗਿਆ ਜ਼ਿਆਦਾ। ਦੇਖੀ ਜਾਂਦੀ ਹੁਣ ਕਿਆ ਬਣਦਾ, ਗਾਂ ਜਾ ਕੇ ਪਤਾ ਲੱਗੂਗਾ। ਬੇਈਮਾਨ ਬੀਜ ਵਾਉਣ ਲੱਗੇ ਗੜਬੜ ਬੇਈਮਾਨ, ਉਹ 10 ਦਿਨ ਦੀ ਹੋਈ ਆ, ਹੋਰੇ ਕੋ ਕਰੀ ਜਾਂਦੀ ਪਨੀਰੀ, ਪਤਾ ਨਹੀਂ ਕਿੰਨਾ ਕੋਈ ਗੇ ਲਿਆ, ਅੱਜ ਫੇਰ ਲਿਆਉਣਾ, ਹੁਣ ਟੀਕਾ ਹੋਰ ਲਾਉਣ ਲੱਗਿਆ ਵੇ, ਇਹਦੇ ਕਿਆ ਬਣਦਾ। ਤੇਰੀ ਵੀ ਜੰਮੀ ਹੈ, ਤੇਰੀ ਵੀ ਜੰਮੀ, ਤੇਰੀ ਵੀ ਜੰਮੀ ਹੈਗੀ, ਮੇਰੇ ਵਾਂਗੂ ਆ। ਹਾਂ ਫੇਰ ਕੱਲ ਨੂੰ ਜੱਗੇ ਰਾ ਕੋਲ ਜਾਂਦਾ, ਨਾਲੇ ਉਹਨੂੰ ਕਣਕ ਦੇ ਪੈਸੇ ਪੁੱਛਦਾ, ਮੈਂ ਇਹ ਦੱਸ ਦਿੰਦਾ ਨਾਲੇ ਕਿਆਰੀ ਬੁੱਕ ਕਰਿਆ ਵਾ, ਨਾਲੇ ਕਿਆਰੀ ਦੇ ਕਿਆ ਮੈਂ ਕਹਲੇ 1000 ਰੁਪਏ ਨੂੰ ਵੱਧਾ ਬਣਾਉਣਾ ਚੱਕ ਕਿਆਰੀ ਦਾ ਇੱਕ ਦਾ, ਉਹਦੇ ਪਾ ਬੋਕਾ ਮਿਲ ਜਾਂਦਾ। ਪਨੀਰੀ ਬਹੁਤ ਸੋਹਣੀ ਜੰਮੀ ਵੀ ਆ, ਇੱਕ ਨੰਬਰ ਪਨੀਰੀ ਜੰਮੀ ਵੀ ਆ, ਉਹਦੇ ਪਾ ਹੈਗੇ 5 ਕਿਲੋ, ਇੱਕ ਸਵਾਹ ਦਾ ਬਹੁਤ ਫਰਕ ਆ, ਉਹਨੇ ਸਵਾਹ ਪਾਈ ਵੀ ਆ, ਸਵਾਹ ਦਾ ਬਹੁਤ ਫਰਕ ਆ। ਫੋਨ ਆ ਲੇ ਪਰ ਮੈਂ ਗੱਲ ਉਹਨਾਂ ਦੀ ਸਮਝਦੇ ਨੇ, ਉਹ ਕਹਿੰਦੇ ਮਾਸਰ ਤੁਸੀਂ ਛਿੱਟਾ ਦੇਖ ਨਾ ਸੁੱਕੇ ਚ, ਹਾਂ ਉੱਪਰ ਸੈਲਰ ਦੀ ਸਵਾਹ ਕੇ, ਹੁਣ ਮੈਨੂੰ ਸੈਲਰ ਦੀ ਸਵਾਹ ਕਿਹੜੀ ਹੁੰਦੀ ਆ, ਰਾਖ ਹੁੰਦੀ ਆ ਸੈਲਰ ਚ ਜਿਹੜੀ ਭੱਠੀਆਂ, ਹਾਂ ਜਿਹੜਾ ਹੁਣ ਇਹ ਫੱਕ ਹੋਣੀ ਆ ਉਹ ਫੱਕ ਨੂੰ ਉੱਥੇ ਭੱਠੀਆਂ ਨਹੀਂ ਬਲਦੀਆਂ, ਜਿਹੜਾ ਹੁਣ ਜਿਹੜੇ ਜੀਰੀ ਤੁਸੀਂ ਗਿੱਲੀ ਵੇਚ ਦਿੰਦੇ ਆ ਉੱਥੇ ਜਾ ਕੇ ਡਰਾਇਰ ਚੋਂ ਨਿਕਲਦੀ ਆ। ਮੈਂ ਜੱਗੇ ਗਿਆ ਮਨਸੂਏ ਨੂੰ ਕਿਹਾ, ਜੱਗੇ ਨੂੰ ਮੈਂ ਸੈਲਰ ਦੀ ਰਾਖ ਲਿਆਉਣੀ ਆ, ਕਹਿੰਦਾ ਸੈਲਰ ਦੇ ਨਾਲ ਜ਼ਮੀਨ ਉਹ ਦੇਖਣ ਗਏ ਤੇ ਇਹਨੇ ਉੱਥੇ ਲੇਜ਼ਰ ਮਾਰਿਆ, ਉਹ ਮਾਰੇ ਤੇ ਪਲਾਓ, ਹਾਂ ਸਮਝਿਆ, ਪਲਾਓ ਮਾਰੇ ਆ, ਮਾਰੇ 4 ਕਿੱਲੇ ਜੇ ਬੰਦਾ 2.5 ਕਿੱਲੇ ਦੱਸਦਾ ਤਾਂ ਉਹ ਜਗ੍ਹਾ ਦੇਖਣ ਗਏ ਤੇ ਵੀ ਕਿੰਨੀ ਕੁ ਹੈ। ਮਹਾਂ ਯਾਰ ਆਪਾਂ ਨੇ ਰਾਖ ਪੁੱਛਣੀ ਹੈ ਨਾ ਸੈਲਰ ਵਾਲੇ ਨੂੰ, ਕਹਿੰਦਾ ਮਾਸਰ ਸੈਲਰ 'ਚ ਕਿਹੜੀ ਰਾਖ ਹੁੰਦੀ, ਕਹਿੰਦਾ ਫੱਕ ਹੁੰਦੀ ਹੈ। ਚੌਲ ਕੱਢ ਕੇ ਜਿਹੜੀ ਫੱਕ ਹੁੰਦੀ ਆ ਉਹਨੂੰ ਫੂਕੀ ਜਾਂਦੇ ਆ, ਉਹਦੀ ਬਣ ਜਾਂਦੀ ਰਾਖ, ਹਾਂ ਉਹ ਚ ਜਾਨ ਬਹੁਤ ਆ। ਉਹ ਕਹਿੰਦੇ ਮਾਸੜ ਤੁਸੀਂ ਜੰਮਦੀ ਦੇਖੀਏ ਤਾਂ ਛਿੱਟਾ ਦੇਖ ਨਾ ਸੁੱਕੇ ਜਗ੍ਹਾ ਉੱਪਰ ਸੈਲਰ ਦੀ ਸਵਾਹ ਪਾ, ਹਾਂ ਸਵਾਹ ਪਾ ਦੇ, ਫਿਰ ਢਾਕ ਹੋ ਜਾਵੇ, ਹਾਂ ਕਹਿੰਦਾ ਦੇਖੀ ਸਾਡਾ ਇੱਕ ਵੀ ਦਾਣਾ ਨੀ ਮਰੂਗਾ, ਔਰ ਕੋਈ ਜਾਨਵਰ ਕਹਿੰਦਾ ਜਿਹੜੇ ਬੰਬੋਲੇ ਜੇ, ਹਾਂ ਉਹ ਵੀ ਨਹੀਂ ਬੈਠੂ, ਤੋਤਾ ਕੁਛ ਵੀ, ਕਾਂਟੋ ਕਹਿੰਦਾ ਤੁਸੀਂ ਕਹਿੰਦੇ ਕਾਂਟੋ ਖਰਾਬ ਕਰਦੇ, ਕਹਿੰਦਾ ਜਾਨਵਰ ਨੇੜੇ ਆ ਕੇ ਦਿਖਾ ਦੇ, ਹਾਂ ਇਹ ਮੈਂ ਵੀ ਸੁਣੀ ਆ ਗੱਲ, ਮੈਂ ਵੀ ਸੁਣੀ ਸਵਾਹ ਸੈਲਰ ਦੀ ਵਾਲੇ, ਚੱਲ ਗਾਂ ਤਾਂ ਆਪਾਂ ਨੇ ਆਪਣੀ ਹੋ ਜਾਣੀ, ਗਾਂ ਨੂੰ ਉਹਦੇ ਨਾਲ ਬੀਜ ਕੇ ਦੇਖ ਲੂੰਗੇ, ਜਿੰਨੀ ਮਰਜ਼ੀ ਪਾ ਲਓ ਸਿਰ 'ਚ, ਹਾਂ ਉਹ ਫੂਕਦੇ ਆ ਨਾ, ਫੂਕਣਾ ਪੈਂਦਾ ਚੌਲ ਸੁੱਕ ਕੇ, ਫਿਰ ਤਾਂ ਹੀ ਛਿੱਲਾ ਉਤਰਦਾ, ਤੂੰ ਆਏ ਆਪਣੇ ਚੌਲ ਤੋੜ ਕੇ ਤੂੰ ਤਾਰ ਕੇ ਦੇਖ, ਉਤਰਦਾ ਨੀ, ਕਿੱਥੇ ਮਸ਼ੀਨ ਨੇ ਤਾਰਨਾ ਉਹ ਫਰਕ ਤਾਂ ਪੈਣਾ ਹੈ ਨਾ, ਫਿਰ ਉਹਨੂੰ ਐਂ ਸੁੱਕਾ ਚਾਹੀਦਾ ਰੜਿਆ ਪਿਆ। ਮੈਂ ਤਾਂ ਫਿਰ ਸਵਾਹ ਅੱਜ ਹੋਰ ਪਾਈ ਬੀਜ ਕੇ ਦੂਈ, ਆ ਜਿਹੜੀ ਰਸਤੇ 'ਚ ਸਵਾਹ ਬਣਾਈ ਹੋਈ ਆ ਭੁੱਬਲ, ਇਹੀ ਬਾਤ ਹੀ ਪਾਈ ਆ ਉੱਪਰ, ਇਹਨੇ ਨੀ ਕੰਮ ਕਰਨਾ। ਚੱਲ ਹੁਣ ਚੁਗਣੇ ਦੇ ਜਾਨਵਰ ਰੋਕੂਗੇ ਸੀ, ਦਾਣਾ ਢਾਕਦਾ ਸੀ ਥੱਲੇ, ਚਲੋ ਬਾਕੀ ਠੀਕ ਆ ਜੀ, ਬਾਕੀ ਠੀਕ ਹੈ ਜੀ, ਦੇਖ ਲਿਆ ਰੁਪਏ ਸਾਡੇ ਨੂੰ ਮੈਨੂੰ, ਹਾਂ ਬਾਕੀ ਭਾਈ ਟਰੈਕਟਰ ਉਰੇ ਚੈੱਕ ਕਰਿਆ ਦਾ ਦਾਦੇ ਜੀ ਤੇ ਪਨੀਰੀ ਵਧੀਆ ਜੰਮੀ ਹੋਈ, ਫੇ ਲੈ ਜੂਗੇ, ਮੈਂ ਕਹਿੰਦਾ ਐਤਕੀ ਉਹ ਕਰਨਾ ਪੈਣਾ ਗੁੱਛੀਆਂ ਗੁੱਛੀ ਚੈੱਕ ਕੇ ਮਿਕਸ ਹੀ ਕਰਨਾ ਮੈਂ, ਚਿਕਣ ਸਾਡੇ ਕੋਲ ਤੀਕੀ ਮਿਲ ਗਈ ਸੀ, ਸਾਡਾ ਖਾਦੀ ਬੀਜੀ ਵੀ ਅਸੀਂ ਕਹਿ ਕੇ ਪਟਾਉਂਦੇ ਰਹੇ ਵੀ ਭਾਈ ਪੱਟ ਲੈ ਜੋ, ਐਤਕੀ ਭਾਈ ਸਾਡੇ ਪਰ ਕਿਰਪਾ ਕਰਦੇ ਹੋ, ਮੈਨੂੰ ਲੱਗਦਾ ਹੀ ਲੈ ਜਿਹੜੇ ਮੈਂ ਤਾਂ ਹੀ ਤਾਂ ਮੈਂ ਖੁੱਲੀ ਬੀਜਣ ਲੱਗਿਆ ਪਨੀਰੀ, ਜਿਹੜੇ ਹਿਸਾਬ ਨਾਲ ਜੰਮ ਖੁੱਲੀ ਬੀਜੀ ਵੀ ਆ ਥੋੜੀ ਖੁੱਲੀ ਹੈ, ਉਹੀ ਕਹਿੰਦਾ ਮੈਂ ਆਈਟਮ ਹੋਰ ਹੈ ਕੁਛ ਬਣੀ ਵੀ, ਇਹ ਮਨ ਨੂੰ ਸਾਡੇ ਸ਼ੱਕ ਪਈ ਵੀ ਆ, ਇਹਨਾਂ ਨੇ ਹਾਈਬ੍ਰਿਡ ਬੀਜ ਦੋਹੇ ਬੀਜ ਤੇ, ਉਹ 34 ਆ, ਆ ਡਾਲਟਾ 47 ਸੰਤੋਲੀ, ਇਹ ਵੀ ਹਾਈਬ੍ਰਿਡ ਪਰ ਬੀਜ ਕਰਦੇ ਆ, ਨਹੀਂ ਲੱਗ ਰੱਖਿਆ ਪਾਉਣਾ ਨਾ ਬਈ, ਯਾਰ ਲੱਗ ਤਾਂ ਹਾਈਬ੍ਰਿਡ ਲੱਗਿਆ ਰੱਖਣਾ,
ਉਹ ਚੱਲ ਉਸਤਾ ਬਣੂ ਹੁਣ ਜੰਮਣ ਜੰਮ ਤਾਂ ਕਹਿੰਦੇ ਹੁੰਦੇ ਆ ਵੀ ਤੁਹਾਡੇ ਕੋਲ ਜਿਹੜਾ ਮੈਂ ਕੱਤੀ ਲਿਆਇਆ ਉਹਦਾ ਵੀ ਮੈਨੂੰ ਆਇਓ ਕਿਸੇ ਬਾਈ ਨੇ ਕਹਿੰਦਾ ਬਾਈ ਅਸੀਂ ਇੱਕ ਜ਼ਿਮੀਦਾਰ ਤੇ ਲੈਣੇ ਉਹ ਰੱਖਦਾ ਏ ਉਹਨੇ ਦਿੱਤਾ ਸਾਨੂੰ ਨਾ ਨਾ ਮੈਂ ਤੈਨੂੰ ਗੱਲ ਦੱਸਦਾ ਵੀ ਉਹ ਵੀ ਘਰੇ ਹੀ ਰੱਖਦੇ ਆ ਉਹ ਦੇਖੀ 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 ਬੜੀ ਛਾਲ ਮਾਰਤੀ ਕੁਛ ਨੀ।